ਅਸਲਾ ਲਾਈਕ ਕਰਦੇ ਹੋ? ਜੀ ਜੀ ਸ਼ੌਕ ਹੈ। ਕਿਹੜੀ ਪਸੰਦ ਹੈ ਤੁਹਾਨੂੰ ਬੰਦੂਕ? ਮੈਂ 75 ਰਾਈਫਲ AK-47 ਜਿਹੜੀ ਹੈ, AK-47 75 ਇੱਕ ਉਹ ਮੇਰੀ ਫੇਵਰਟ ਹੈ। ਠੀਕ ਹੈ, ਤੇ ਇੱਕ 30 ਜੀ। ਇਹ ਦੋਨੋਂ ਪਸੰਦ ਨੇ ਜੀ? ਇਹ ਦੋਵੇਂ ਪਸੰਦ। ਮੂਸੇ ਵਾਲੇ ਨੂੰ ਪਸੰਦ? 30 ਵਿੱਚ ਢੇਰ ਸਾਰੇ ਮਾਡਲ ਨੇ। ਮੈਨੂੰ ਉਹਦੇ ਵਿੱਚ ਜਿਹੜੀ ਵੱਡੀ 30 ਹੈ ਨਾ ਉਹ ਪਸੰਦ ਹੈ, ਧਿਆਨ ਨਹੀਂ ਛੋਟੀਆਂ ਮੋਟੀਆਂ ਉਹ ਨਹੀਂ। ਮੂਸੇ ਵਾਲੇ ਨੂੰ ਪਸੰਦ ਕਰਦੇ ਹੋ? ਮੂਸੇ ਵਾਲੇ ਨੇ ਉਹਦੇ ਸੌਂਗ ਅੱਛੇ ਨੇ, ਸੋ ਲਾਈਕ ਕਰਦੇ ਆ। ਅਸ ਉਹਦੇ ਜਿਮ ਵਿੱਚ ਗਾਣੇ ਸੁਣੀਦੇ ਹਨ। ਕਿਹੜਾ ਗਾਣਾ ਉਹਦਾ ਪਸੰਦ ਹੈ ਤੁਹਾਨੂੰ? ਮੈਨੂੰ ਉਹਦਾ ਗਾਣਾ ਪਸੰਦ ਹੈ ਜੀ, ਸਭ ਤੋਂ ਜਿਹੜਾ ਫੇਵਰੇਟ ਹੈ ਨਾ ਉਹ ਸਿਰੇ ਉੱਤੋਂ ਲੰਘਣ ਫਲਾਈ ਕਰਕੇ। ਉੱਚੀਆਂ ਨੇ ਗੱਲਾਂ ਤੇਰੇ ਯਾਰ, ਨੇ ਗੱਲਾਂ ਤੇਰੇ ਯਾਰ। ਵਾਹ 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 ਵਾਹ। ਇੱਕ ਹੋਰ ਸਵਾਲ ਮੇਰਾ ਇਸੇ ਰਿਲੇਟਡ, ਸਿੰਗਰ ਵੈਸੇ ਕਿਹੜਾ ਪਸੰਦ ਹੈ ਜਿਹਦੇ ਗਾਣੇ ਗਾਣੇ ਸ਼ਾਣੇ ਤੁਹਾਨੂੰ ਵਾਹ ਵਾਹ ਵਧੀਆ ਲੱਗਦੇ ਹੋਣ? ਫਿਲਹਾਲ ਤੇ ਮੈਨੂੰ ਦੁੱਧ ਹੀ ਪਸੰਦ ਆ ਰਿਹਾ। ਦੁੱਧ ਤੇ ਚਲੋ ਸੁਣੀ ਜਾਓ, ਮੈਨੂੰ ਇਹ ਦੱਸੋ ਉਹ ਕਿਹੜਾ ਪਸੰਦ ਹੈ ਸਿੰਗਰ? ਸਿੰਗਰ ਮੈਨੂੰ ਮੂਸੇ ਵਾਲੇ ਪਸੰਦ ਆਏ। ਮੈਂ ਮੂਸੇ ਵਾਲੇ ਜਦੋਂ ਰਹਿ 2017 ਵਿੱਚ ਜੀ ਵੈਗਰੇ ਦਾ ਗਾਣਾ ਮੈਂ ਟਰੈਕਟਰ ਤੇ ਲਵਾਇਆ ਡੱਬੇ, ਪਹਿਲਾਂ ਮੈਂ ਗਾਣੇ ਸੁਣਦਾ ਤਾ ਗਿੱਪੀ ਗਰੇਵਾਲ ਦੇ, ਗਿੱਪੀ ਦੇ ਔਰ ਇਹਨਾਂ ਦੇ ਕੋਈ ਚੰਦ ਸਿੰਗਰ। ਜਿਸ ਟਾਈਮ ਮੂਸੇ ਵਾਲੇ ਦਾ ਪਹਿਲਾ ਗਾਣਾ ਆਇਆ ਜੀ ਵੈਗਨ, ਕੁੜੀ ਨਾਲ ਭਿੜਦਾ ਪਿਆ ਗਾਣੇ ਵਿੱਚ, ਝੇੜੀਆਂ ਦਾ ਨਾਲੀਆਂ ਦੀ ਗੱਲ ਕਰਦੀ, ਸਾਡੇ ਪਿੰਡ ਚੱਕੀ ਫਿਰਦੇ ਜਵਾਕ ਨੀ ਹੈ ਤੇ ਸਾਡੇ ਪਿੰਡ ਲੁਗਾਟ ਰੱਖਦੀ। ਨਹੀਂ ਨਹੀਂ ਸਾਡੇ ਪਿੰਡ ਚੁੱਕੀ ਫਿਰਦੇ ਜਾ ਤੱਕ ਚਾਹੇ ਫਿਰਦੇ ਨੇ ਕਰਮ ਵਾਲੀਏ, ਕਿਹੜੀਆਂ ਬੰਬੂ ਬਸੜੇ ਤੂੰ ਪਈ ਹੈ ਉਹ ਕੁੜੀ ਨਾਲ ਗੋਪਿਆ ਦਾ। ਇਹਦੇ ਗਾਣੇ ਇਹਦੀ ਜਿਹੜੀ ਇਹਦੇ ਮੈਨੇ ਇਹਦੇ ਗਾਣਾ ਵਿੱਚ ਇਹਦੀ ਹੋਵੇ ਨਾ ਉਹ ਮੈਨੂੰ ਬਹੁਤ ਪਸੰਦ ਹੈ ਮੂਸੇ ਵਾਲੇ ਦੀ। ਔਰ ਉਹ ਕਿਸੇ ਸਿੰਗਰ ਚੋਂ ਨਹੀਂ ਜਿਹੜਾ ਬੋਲਦਾ ਜਿਹੜਾ ਮਤਲਬ ਉਹਦਾ ਸਟਾਰ ਚ ਇਹ ਫੜਦਾ ਹੈ ਨਾ ਮੂਸੇ ਵਾਲਾ ਆਵਾਜ਼ ਜਿਹੜੀ ਕੱਢਦਾ, ਆਵਾਜ਼ ਜਿਹੜੀ ਉਹ ਕੱਢਦਾ ਉਹਦਾ ਮਤਲਬ ਕਿ ਇੱਕ ਲੈਵਲ ਆ। ਅਸੀਂ ਅੱਜ ਦੇ ਰਾਜੇ ਸਿੰਗਰ ਵਿੱਚ ਅਜੇ ਤੱਕ ਵੀ ਕੋਈ ਨਹੀਂ, ਅਸੀਂ ਅੱਜ ਦੇ ਰਾਜੇ ਆ, ਸਾਡਾ ਪਤਾ ਨਹੀਂ ਗੱਲਦਾ। ਔਰ ਮੂਸੇ ਵਾਲੇ ਦੇ ਗਾਣੇ ਮੈਂ ਜਿਸ ਵੇਲੇ ਲਾਉਂਦਾ ਸੀ ਸਾਡੇ ਲੋਕ ਜਿਤਨੇ ਜਾਤਕ ਨੇ ਹੁਣ ਨਗੂ ਆਉਂਦੇ ਹਨ ਭਾਈ ਇਹ ਕੀ ਆਉਂਦਾ, ਮਤਲਬ ਕਿ ਸਾਡਾ ਸਾਡੇ ਜਿਹੜੇ ਪੰਜਾਬੀ ਹੈ ਉਹਦੇ ਵਿੱਚ ਤੇ ਉਹਦੇ ਵਿੱਚ ਬਤੇਰਾ ਫਰਕ ਹੈ, ਸਾਰਾ ਫਰਕ ਹੈ। ਤੇ ਉਹ ਕਈਆਂ ਨੂੰ ਸਮਝ ਹੀ ਰਾਹੀ ਆਉਂਦੀ ਬਾਈ ਆਉਂਦਾ ਕੀ ਇਹ ਗੱਲ ਕੀ ਕਰਦਾ, ਨਾਲੇ ਕਿ ਉਹਨਾਂ ਦੇ ਫਿਕਰੇ ਹੀ ਇਹਦੇ ਹੁੰਦੇ ਹਨ। ਸਾਡੇ ਤੇ ਇੱਦਾਂ ਬੰਦੇ ਉਸ ਟਾਈਮ ਸੁਣਨ 17-18 ਵਿੱਚ ਸੁਣਨ ਇਹ ਹੇੜੇ ਆਣ ਆਪਣਾ ਨਸੀਬੋ ਲਾਲ ਜਾਂ ਫਿਰ ਨੂਰ ਜਾਨ ਬੰਦੇ ਸੁਣਦੇ ਆਣ ਜਾਂ ਅਕਰਮ ਰਾਈ ਉਸ ਵੇਲੇ ਹੈ ਟੁੱਟੀਆਂ ਮੁਹੱਬਤਾਂ, ਮਤਲਬ ਇਹ ਬਸ ਰਹੀ ਕੁਝ ਆਉਂਦਾ ਪਹਿਲੀ ਵਾਰੀ ਮੈਂ ਲੋਕ ਤੇ ਮੇਰੇ ਕੋਲ ਤੁਹਾਡਾ ਇਹ ਆਉਂਦਾ ਕੀ ਇਹੀ ਉਹ ਮੈਂ ਹੁਣ ਬਾਅਦ ਮਰੀ ਮੈਂ ਆਉਣਾ ਇਹ ਜਣਾ ਆ ਪਿਆ ਦਾ ਹੈ।